Again, वेलकम बैक अगेन दोस्तों मैं तनु राजपूत ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪਦੇ ਆਪਣੇ ਚੈਨਲ 'ਚ ਸੋ ਇੱਥੇ ਦੋਸਤੋ ਮੈਂ ਟੀਜ਼ਰ ਰਿਵਿਊ ਕਰਨ ਵਾਲਾ ਰੇਡੀਓ ਰਿਟਰਨਸ ਦਾ ਸੋ 2 ਘੰਟੇ ਪਹਿਲਾਂ ਦੋਸਤੋ ਇਸ ਮੂਵੀ ਪੰਜਾਬੀ ਮੂਵੀ ਦਾ ਇਹ ਟੀਜ਼ਰ ਰਿਲੀਜ਼ ਕੀਤਾ ਗਿਆ ਸੋ ਜਿਹੜੂ ਮੈਂ ਹੁਣ ਸਵੇਰੇ ਸਵੇਰੇ ਮੈਂ ਦੇਖਿਆ ਸੋ ਮੈਂ ਸੋਚਿਆ ਕਿ ਉਹਦਾ ਰਿਵਿਊ ਚਲੋ ਮੈਨੂੰ ਕੀ ਹੋ ਜਾ ਲੱਗਾ ਇਹ ਟੀਜ਼ਰ ਇਹ ਤੁਹਾਡੇ ਤੱਕ ਦੱਸ ਜਮਾ ਸੋ ਰਾਈਟਰ ਤੇ ਡਾਇਰੈਕਟਰ ਨਾ ਵਾਜਵਾ ਆ ਸੋ ਐਕਟਰ ਵੀ ਵਿੱਚ ਖੁਦ ਨਾ ਵਾਜਵਾ ਆ ਸੋ ਉਹਨਾਂ ਦੇ ਨਾਲ ਦੋਸਤੋ ਮਾਹਿਰਾ ਸ਼ਰਮਾ ਤੇ ਗ੍ਰੇਟ ਖਲੀ ਦੋਸਤੋ ਗ੍ਰੇਟ ਖਲੀ ਗੁਰਪ੍ਰੀਤ ਕੋਕੀ ਬੀਨ ਸ਼ਰਮਾ ਸੋ ਸੁਸਤਿੰਦਰ ਸੱਤੀ ਯੋਗਰਾਜ ਸਿੰਘ ਜਸਵੰਤ ਸਿੰਘ ਐਂਡ ਦੋਸਤੋ ਇਹ ਮੂਵੀ ਦਾ ਟੀਜ਼ਰ ਮੈਨੂੰ ਫਿਲਹਾਲ ਕਿਹੋ ਜਿਹਾ ਲੱਗਾ ਸੋ ਦੋਸਤੋ ਜਦੋਂ ਇਸ ਮੂਵੀ ਦਾ ਟੀਜ਼ਰ ਸ਼ੁਰੂਆਤੀ ਤੌਰ ਤੇ ਹੁੰਦਾ ਨਾ ਬਹੁਤ ਵੱਡਾ ਬ੍ਰਹਮੰਡ ਇੱਕ ਇਹਦਾ ਯੂਨੀਵਰਸ ਜਿਹਾ ਦਿਖਾ ਲਿਆ ਆ ਸੋ ਉਹਦੇ ਵਿੱਚ ਚਾਰਾਂ ਦਾ ਇੰਟਰੋ ਹੁੰਦਾ ਆ ਗੁਰਪ੍ਰੀਤ ਕੋਕੀ ਨਵਵਾਜਬਾ ਸੋ ਜੋ ਵੀ ਹੈਗੇ ਐਕਟਰਸ ਵਗੈਰਾ ਸੋ ਉਹਨਾਂ ਵਿੱਚ ਦੋਸਤੋ ਇਹ ਪੰਜਾਬੀ ਮੂਵੀ ਦਾ ਟੀਜ਼ਰ ਮੈਂ ਤੁਹਾਨੂੰ ਸੱਚ ਕਹਿ ਸਕਦਾ ਪੰਜਾਬੀ ਸਿਨੇਮਾ ਨੇ ਇੱਕ ਬਹੁਤ ਵਧੀਆ ਸੋਚ ਰੱਖੀ ਹੈ ਕਿ ਪੰਜਾਬੀ ਇੰਡਸਟਰੀ ਨੂੰ ਅੱਗੇ ਤੱਕ ਲਿਆਂਾਇਆ ਜਾਵੇ ਜਿਦਾ ਤੁਹਾਨੂੰ ਪਤਾ ਹੋਊਗਾ ਕਿ ਇੱਕ ਫਿਲਮ ਆਈ ਸੀਗੀ ਤੇ ਲਵ ਸਟੋਰੀ 2050 ਪ੍ਰਿਆੰਕਾ ਚੋਪੜਾ ਤੇ ਉਹ ਸੈਕਟਰ ਦਾ ਨਾਮ ਵੀ ਮੈਂ ਭੁੱਲ ਗਿਆ ਰਿਤਿਕ ਰੋਸ਼ਨ ਵਰਗਾ ਲੱਗਦਾ ਸੀ ਕੁਝ ਸੋ ਉਹ ਮੂਵੀ ਦੋਸਤੋ ਅੱਜ ਤੋਂ 15 ਸਾਲ ਪਹਿਲਾਂ ਰਿਲੀਜ਼ ਕੀਤੀ ਗਈ ਸੀ ਸੋ ਉਹਦੇ ਅਕੋਰਡਿੰਗ ਜੇ ਮੈਂ ਦੇਖਾ ਇਸ ਮੂਵੀ ਦਾ ਜੋ VFX ਆ ਉਹ ਕਾਫੀ ਆਰਟੀਫੀਸ਼ਲ ਲੱਗਦਾ ਆ ਦੋਸਤੋ ਬਿਲਕੁਲ ਆਰਟੀਫੀਸ਼ਲ ਲੱਗਦਾ ਇਦਾਂ ਲੱਗਦਾ ਕਿ ਕੋਈ ਵੀਡੀਓ ਗੇਮ ਚੱਲ ਰਹੀ ਆ ਸੋ ਦੂਜੀ ਤਰਫ ਇਹ ਦੋਸਤੋ ਟੀਜ਼ਰ ਦੇ ਵਿੱਚ ਇਹੀ ਦਿਖਾਇਆ ਗਿਆ ਕਿ ਜੋ ਇਹਨਾਂ ਨੇ ਸਾਰੀ ਦੀ ਸਾਰੀ ਫਿਲਮ ਗ੍ਰੀਨ ਸਕਰੀਨ ਤੇ ਇਹਨਾਂ ਨੇ ਮੇਰੇ ਹਿਸਾਬ ਨਾਲ ਪ੍ਰੈਜ਼ੈਂਟ ਕਰਤੀ ਆ ਸੋ ਜੇਕਰ ਇਹ ਚੀਜ਼ ਅੱਜ ਤੋਂ 30-32 ਸਾਲ ਪਹਿਲਾਂ ਦਿਖਾਈ ਜਾਂਦੀ ਸੋ ਆਪਾਂ ਇਸ ਮੂਵੀ ਨੂੰ ਬਹੁਤ ਜ਼ਬਰਦਸਤ ਮੰਨਣਾ ਸੀ ਜਿੱਦਾਂ ਕਿ ਆਪਾਂ ਸ਼ਕਤੀਮਾਨ ਦੇਖਦੇ ਹੁੰਦੇ ਸੀ ਗ੍ਰੀਨ ਪਰਦੇ ਤੇ ਸੋਹਣੇ ਬੋਤ ਲੱਗਦੇ ਸੀ ਆਪਾਂ ਨੂੰ ਇਸ ਵਾਰੀ ਜਾਣਕਾਰੀ ਨਹੀਂ ਹੁੰਦੀ ਸੀ ਪਰ ਅੱਜ ਕੱਲ ਦੀ ਜਨਰੇਸ਼ਨ ਇੰਨੀ ਕਿ ਸਮਝਦਾਰ ਤੇ ਇੰਨੀ ਕਿ ਚੌਸਤ ਹੋ ਗਈ ਆ ਉਹ ਝੱਟ ਪਛਾਣ ਲੈਂਦੀ ਆ ਕੀ ਸਹੀ ਆ ਸੋ ਕੀ ਗਲਤ ਆ ਸੋ ਇੱਕ ਆਰਟੀਫੀਸ਼ੀਅਲ ਸਾਰੀ ਸਟੋਰੀ ਜੀ ਜਾਨੀ ਕਿ ਇੱਕ ਬੈਕਗ੍ਰਾਉਂਡ ਦਿਖ ਰਿਹਾ ਆ ਕੋਈ ਵੀ ਰੀਅਲ ਨਹੀਂ ਆ ਸੌ ਫੇਕ ਆ ਇਹ ਤੋਂ ਪਤਾ ਲੱਗ ਜਾਂਦਾ ਆ ਸੋ ਟੀਜ਼ਰ ਦੀ ਗੱਲ ਕਰਾਂ ਬਾਕੀ ਦੋਸਤੋ ਟੀਜ਼ਰ ਦੇ ਵਿੱਚ ਕੁਝ ਜ਼ਿਆਦਾ ਖਾਸ ਦਿਖਾਇਆ ਨਹੀਂ ਗਿਆ ਆ ਬਸ ਚਿਹਰੇ ਰਿਵੀਲ ਕੀਤੇ ਗਏ ਆ ਕੋਈ ਕੋਈ ਡਾਇਲਗ ਡੁਗਲਗ ਨਹੀਂ ਆ ਬਾਕੀ ਯੋਗਰਾਜ ਸਿੰਘ ਵੀ ਆ ਦੋਸਤੋ ਡਾਇਲਗ ਹੋਗੇ ਜ਼ਿਆਦਾ ਨਹੀਂ ਬਸ ਗੱਲਬਾਤ ਇੱਕ ਦੋ ਗਈ ਆ ਸੋ 22 ਨਵੰਬਰ ਨੂੰ ਇਹ ਮੂਵੀ ਰਿਲੀਜ਼ ਹੋ ਰਹੀ ਆ ਸੋ ਮੇਰੇ ਅਕੋਰਡਿੰਗ ਤਾਂ ਮੈਨੂੰ ਜੇ ਦੋਸਤੋ ਇਹ ਐਵਰੇਜ ਆ ਲੱਗਾ ਹਲੇ ਬਾਕੀ ਤੁਹਾਨੂੰ ਅੱਛਾ ਲੱਗਿਆ ਹੋਊਗਾ ਤੁਸੀਂ ਪਲੀਜ਼ ਕਮੈਂਟ ਚੇ ਦੱਸ ਦਿਓ ਜੇ ਚੈਨਲ ਸਬਸਕ੍ਰਾਈਬ ਕਰਨਾ ਹੋਗਾ ਪਲੀਜ਼ ਕਰ ਸਕਦੇ ਹੋ ਬਾਕੀ ਤੁਹਾਡੀ ਇੱਛਾ ਹੈ ਸੋ ਧੰਨਵਾਦ ਮੇਨਾ ਬੜੇ ਰਹਿ ਲਈ ਸੋ ਟਿਲ ਦੈਨ ਬਾਏ ਬਾਏ